ਉਗਰਾਹ ਸਾਹਿਬ, ਆਖਿਰ ਅੱਜ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ, ਮੀਟਿੰਗ ਤੋਂ ਕਿੰਨੀਆਂ ਕੁ ਉਮੀਦਾਂ ਮੰਨ ਕੇ ਚੱਲੀਏ? ਯਾਰ ਮੀਟਿੰਗ ਦੇ ਵਿੱਚ ਕੀ ਕਹਿ ਸਕਦੇ ਹਾਂ, ਹੁਣ ਮੁੱਖ ਮੰਤਰੀ ਨਾਲ ਬੈਠਾਂਗੇ, ਜੋ ਕੁਛ ਨਿਕਲੂਗਾ ਤੁਹਾਨੂੰ ਆ ਕੇ ਬਾਹਰ ਦੱਸ ਦਾਂਗੇ। ਇਹ ਤਾਂ ਮੈਨੂੰ ਲੱਗਦਾ ਕੋਈ ਬਾਹਲੀ ਪੁੱਛਣ ਵਾਲੀ ਐਡੀ ਗੱਲ ਨਹੀਂ, ਆਪਾਂ ਬਾਅਦ ਚ ਕਰ ਲੈਂਦੇ ਹਾਂ, ਜਦੋਂ ਅਸੀਂ ਬਾਹਰ ਆਵਾਂਗੇ ਤੁਹਾਨੂੰ ਸਭ ਕੁਝ ਦੱਸ ਦਾਂਗੇ। ਜਿਵੇਂ ਮੁੱਖ ਮੰਤਰੀ ਨੇ ਅੱਜ ਕੈਬਨਿਟ ਮੀਟਿੰਗ ਦੇ ਵਿੱਚ ਕਹਿੰਦੇ ਕਿ ਖੇਤੀ ਨੀਤੀ ਤੇ ਚਰਚਾ ਕੀਤੀ ਹੈ, ਤਾਂ ਹੁਣ ਕਹਿੰਦੇ ਕਿਸਾਨਾਂ ਦੇ ਨਾਲ ਚਰਚਾ ਕਰਨੀ ਹੈ। ਅਸੀਂ ਚਰਚਾ ਕਰਕੇ ਜੋ ਕੁਛ ਹੋਊਗਾ ਤੁਹਾਨੂੰ ਸਾਰਾ ਦੱਸਾਂਗੇ। ਧੰਨਵਾਦ, ਮੈਨੂੰ ਬੇਨਤੀ ਹੈ ਵੀ ਸਾਨੂੰ ਜਾਣ ਦਿਓ, ਬਹੁਤ ਲੇਟ ਆ ਜੀ ਪਹਿਲਾਂ। ਤਾਂ ਜੋਗਿੰਦਰ ਸਿੰਘ ਉਗਰਾਹਾਂ ਹੋਣੀ ਰਵਾਨਾ ਹੋ ਗਏ ਨੇ ਮੀਟਿੰਗ ਦੇ ਲਈ, ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਣੀ ਹੈ, ਪਰ ਇੱਧਰ ਸੈਕਟਰ 34 ਦੇ ਵਿੱਚ ਵੱਡਾ ਪੰਡਾਲ ਲਾਇਆ ਗਿਆ, ਉਹ ਵੀ ਤੁਹਾਨੂੰ ਤਸਵੀਰਾਂ ਦਿਖਾ ਦਈਏ। ਸੈਕਟਰ 34 ਦੇ ਵਿੱਚ ਇਹ ਤਸਵੀਰਾਂ ਨੇ ਜਿੱਥੇ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ, ਇੱਕ ਵੱਡਾ ਪੰਡਾਲ ਤਿਆਰ ਕੀਤਾ ਗਿਆ, ਹਰ ਪਾਸੇ ਤੁਹਾਨੂੰ ਇੱਥੇ ਕਿਸਾਨ ਨਜ਼ਰ ਆਉਣਗੇ। ਇਹ ਵੱਖ ਵੱਖ ਇਲਾਕਿਆਂ ਤੋਂ ਆਏ ਕਿਸਾਨ ਵੱਖ ਵੱਖ ਵਹੀਕਲਾਂ ਦੇ ਰਾਹੀਂ ਇਹ ਤਸਵੀਰਾਂ ਤੁਹਾਨੂੰ ਇੱਥੇ ਨਜ਼ਰ ਆ ਰਹੀਆਂ ਨੇ। ਸੈਕਟਰ 34 ਚੰਡੀਗੜ੍ਹ ਦਾ ਇਹ ਮੇਲਾ ਗਰਾਊਂਡ ਹੈ, ਪੰਡਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸਾਨ ਇੱਥੇ ਇਕੱਠੇ ਹੋਏ ਨੇ, ਕਿਉਂਕਿ ਅੱਜ ਮੀਟਿੰਗ ਹੈ ਸਰਕਾਰ ਦੇ ਨਾਲ 3 ਵਜੇ, ਤਾਂ ਉਸ ਮੀਟਿੰਗ ਦੇ ਚੱਲਦਿਆਂ ਵੱਡੀ ਗਿਣਤੀ ਕਿਸਾਨ ਇੱਥੇ ਪਹੁੰਚੇ ਨੇ ਕਿ ਆਖਿਰ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਹੋਣੀ ਹੈ, ਉਸ ਮੀਟਿੰਗ ਦੇ ਵਿੱਚ ਕੀ ਕੁਝ ਚਰਚਾਵਾਂ ਹੁੰਦੀਆਂ ਨੇ ਔਰ ਸਰਕਾਰ ਦਾ ਕੀ ਰਿਸਪੌਂਸ ਰਹਿੰਦਾ, ਤਾਂ ਨਜ਼ਰਾਂ ਅੱਜ ਦੀ ਮੀਟਿੰਗ ਤੇ ਬਣੀਆਂ ਹੋਈਆਂ ਨੇ, ਜਿੱਥੇ ਇਹ ਜਥੇਬੰਦੀਆਂ ਦੀਆਂ ਉੱਥੇ ਹੀ ਪੰਜਾਬ ਦੇ ਕਿਸਾਨਾਂ ਦੀਆਂ ਨਜ਼ਰਾਂ ਅੱਜ ਦੀ ਮੀਟਿੰਗ ਤੇ ਬਣੀਆਂ ਹੋਈਆਂ ਨੇ। ਹਾਲਾਂਕਿ ਪਹਿਲਾਂ ਹੀ ਕੈਬਨਿਟ ਮੀਟਿੰਗ ਦੇ ਵਿੱਚ ਖੇਤੀ ਨੀਤੀ ਨੂੰ ਲੈ ਕੇ ਚਰਚਾ ਕੀਤੀ ਜਾ ਚੁੱਕੀ ਹੈ, ਪਰ ਹੁਣ ਕਿਸਾਨਾਂ ਦੇ ਨਾਲ ਹੋਣ ਵਾਲੀ ਮੀਟਿੰਗ ਦੇ ਦੌਰਾਨ ਕਿਸ ਤਰ੍ਹਾਂ ਦੀਆਂ ਚਰਚਾਵਾਂ ਆਉਂਦੀਆਂ ਤੇ ਕਿਸ ਤਰ੍ਹਾਂ ਦੀ ਸਹਿਮਤੀ ਬਣਦੀ ਆ, ਨਜ਼ਰ ਬਣੀ ਰਹੇਗੀ। ਆਪਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਆ, ਬੜੀ ਮਹੱਤਵਪੂਰਨ ਮੀਟਿੰਗ ਆ। ਜੋਗਿੰਦਰ ਸਿੰਘ ਉਗਰਾਹਾਂ ਹੋਣੀ ਸਾਡੇ ਨਾਲ ਨੇ, ਪ੍ਰਧਾਨ ਨੇ ਉਗਰਾਹਾਂ ਜਥੇਬੰਦੀ ਦੇ। ਉਗਰਾਹਾਂ ਸਾਹਿਬ, ਆਖਿਰ ਅੱਜ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ, ਮੀਟਿੰਗ ਤੋਂ ਕਿੰਨੀਆਂ ਕੁ ਉਮੀਦਾਂ ਮੰਨ ਕੇ ਚੱਲੀਏ? ਯਾਰ ਮੀਟਿੰਗ ਦੇ ਵਿੱਚ ਕੀ ਕਹਿ ਸਕਦੇ ਹਾਂ, ਹੁਣ ਮੁੱਖ ਮੰਤਰੀ ਨਾਲ ਬੈਠਾਂਗੇ, ਜੋ ਕੁਛ ਨਿਕਲੂਗਾ ਤੁਹਾਨੂੰ ਆ ਕੇ ਬਾਹਰ ਦੱਸ ਦਾਂਗੇ। ਇਹ ਤਾਂ ਮੈਨੂੰ ਲੱਗਦਾ ਕੋਈ ਬਾਹਲੀ ਪੁੱਛਣ ਵਾਲੀ ਐਡੀ ਗੱਲ ਨਹੀਂ, ਆਪਾਂ ਬਾਅਦ ਚ ਕਰ ਲੈਂਦੇ ਹਾਂ, ਜਦੋਂ ਅਸੀਂ ਬਾਹਰ ਆਵਾਂਗੇ ਤੁਹਾਨੂੰ ਸਭ ਕੁਝ ਦੱਸ ਦਾਂਗੇ। ਜਿਵੇਂ ਮੁੱਖ ਮੰਤਰੀ ਨੇ ਅੱਜ ਕੈਬਨਿਟ ਮੀਟਿੰਗ ਦੇ ਵਿੱਚ ਕਹਿੰਦੇ ਕਿ ਖੇਤੀ ਨੀਤੀ ਤੇ ਚਰਚਾ ਕੀਤੀ ਹੈ, ਤਾਂ ਹੁਣ ਕਹਿੰਦੇ ਕਿਸਾਨਾਂ ਦੇ ਨਾਲ ਚਰਚਾ ਕਰਨੀ ਹੈ। ਅਸੀਂ ਚਰਚਾ ਕਰਕੇ ਜੋ ਕੁਛ ਹੋਊਗਾ ਤੁਹਾਨੂੰ ਸਾਰਾ ਦੱਸਾਂਗੇ। ਧੰਨਵਾਦ, ਮੈਨੂੰ ਬੇਨਤੀ ਹੈ ਵੀ ਸਾਨੂੰ ਜਾਣ ਦਿਓ, ਬਹੁਤ ਲੇਟ ਆ ਜੀ ਪਹਿਲਾਂ। ਤਾਂ ਜੋਗਿੰਦਰ ਸਿੰਘ ਉਗਰਾਹਾਂ ਹੋਣੀ ਰਵਾਨਾ ਹੋ ਗਏ ਨੇ ਮੀਟਿੰਗ ਦੇ ਲਈ, ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਣੀ ਹੈ, ਪਰ ਇੱਧਰ ਸੈਕਟਰ 34 ਦੇ ਵਿੱਚ ਵੱਡਾ ਪੰਡਾਲ ਲਾਇਆ ਗਿਆ, ਉਹ ਵੀ ਤੁਹਾਨੂੰ ਤਸਵੀਰਾਂ ਦਿਖਾ ਦਈਏ। ਸੈਕਟਰ 34 ਦੇ ਵਿੱਚ ਇਹ ਤਸਵੀਰਾਂ ਨੇ ਜਿੱਥੇ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ, ਇੱਕ ਵੱਡਾ ਪੰਡਾਲ ਤਿਆਰ ਕੀਤਾ ਗਿਆ, ਹਰ ਪਾਸੇ ਤੁਹਾਨੂੰ ਇੱਥੇ ਕਿਸਾਨ ਨਜ਼ਰ ਆਉਣਗੇ। ਇਹ ਵੱਖ ਵੱਖ ਇਲਾਕਿਆਂ ਤੋਂ ਆਏ ਕਿਸਾਨ ਵੱਖ ਵੱਖ ਵਹੀਕਲਾਂ ਦੇ ਰਾਹੀਂ ਇਹ ਤਸਵੀਰਾਂ ਤੁਹਾਨੂੰ ਇੱਥੇ ਨਜ਼ਰ ਆ ਰਹੀਆਂ ਨੇ। ਸੈਕਟਰ 34 ਚੰਡੀਗੜ੍ਹ ਦਾ ਇਹ ਮੇਲਾ ਗਰਾਊਂਡ ਹੈ, ਪੰਡਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸਾਨ ਇੱਥੇ ਇਕੱਠੇ ਹੋਏ ਨੇ, ਕਿਉਂਕਿ ਅੱਜ ਮੀਟਿੰਗ ਹੈ ਸਰਕਾਰ ਦੇ ਨਾਲ 3 ਵਜੇ, ਤਾਂ ਉਸ ਮੀਟਿੰਗ ਦੇ ਚੱਲਦਿਆਂ ਵੱਡੀ ਗਿਣਤੀ ਕਿਸਾਨ ਇੱਥੇ ਪਹੁੰਚੇ ਨੇ ਕਿ ਆਖਿਰ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਹੋਣੀ ਹੈ, ਉਸ ਮੀਟਿੰਗ ਦੇ ਵਿੱਚ ਕੀ ਕੁਝ ਚਰਚਾਵਾਂ ਹੁੰਦੀਆਂ ਨੇ ਔਰ ਸਰਕਾਰ ਦਾ ਕੀ ਰਿਸਪੌਂਸ ਰਹਿੰਦਾ, ਤਾਂ ਨਜ਼ਰਾਂ ਅੱਜ ਦੀ ਮੀਟਿੰਗ ਤੇ ਬਣੀਆਂ ਹੋਈਆਂ ਨੇ, ਜਿੱਥੇ ਇਹ ਜਥੇਬੰਦੀਆਂ ਦੀਆਂ ਉੱਥੇ ਹੀ ਪੰਜਾਬ ਦੇ ਕਿਸਾਨਾਂ ਦੀਆਂ ਨਜ਼ਰਾਂ ਅੱਜ ਦੀ ਮੀਟਿੰਗ ਤੇ ਬਣੀਆਂ ਹੋਈਆਂ ਨੇ। ਹਾਲਾਂਕਿ ਪਹਿਲਾਂ ਹੀ ਕੈਬਨਿਟ ਮੀਟਿੰਗ ਦੇ ਵਿੱਚ ਖੇਤੀ ਨੀਤੀ ਨੂੰ ਲੈ ਕੇ ਚਰਚਾ ਕੀਤੀ ਜਾ ਚੁੱਕੀ ਹੈ, ਪਰ ਹੁਣ ਕਿਸਾਨਾਂ ਦੇ ਨਾਲ ਹੋਣ ਵਾਲੀ ਮੀਟਿੰਗ ਦੇ ਦੌਰਾਨ ਕਿਸ ਤਰ੍ਹਾਂ ਦੀਆਂ ਚਰਚਾਵਾਂ ਆਉਂਦੀਆਂ ਤੇ ਕਿਸ ਤਰ੍ਹਾਂ ਦੀ ਸਹਿਮਤੀ ਬਣਦੀ ਹੈ, ਨਜ਼ਰ ਬਣੀ ਰਹੇਗੀ।